ਬੀਤੀ ਸ਼ਾਮ ਜਦੋਂ ਸਮਝੌਤਾ ਐਕਸਪ੍ਰੈਸ ਅਟਾਰੀ ਰੇਲਵੇ ਸਟੇਸ਼ਨ ਤੋਂ ਲਾਹੌਰ ਲਈ ਰਵਾਨਾ ਹੋਈ ਤਾਂ ਪਿੰਡ ਰੋੜਾਂ ਵਾਲਾ ਨਜ਼ਦੀਕ ਗੱਡੀ ਦੇ ਪਿਛਲੇ ਪਾਸੇ ਇੱਕ ਚਿੱਟੀ ਵਰਦੀ ਪਾਏ ਵਿਅਕਤੀ ਵੱਲੋਂ ਇੱਕ ਬੈਗ ਬਾਹਰ ਸੁੱਟ ਦਿੱਤਾ ਗਿਆ, ਜਿਸ ਨੂੰ ਉੱਥੇ ਪਸ਼ੂ ਚਾਰ ਰਹੇ ਕਿਸਾਨ ਨੇ ਵੇਖ ਲਿਆ। ਉਸ ਮੌਕੇ ਹੀ ਉੱਥੇ ਦੋ ਮੋਟਰਸਾਈਕਲ ਸਵਾਰ ਵੀ ਪਹੁੰਚੇ, ਜਿਨ੍ਹਾਂ ਵੱਲੋਂ ਬੈਗ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਵੱਲੋਂ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ ਗਈ, ਜਿਸ 'ਤੇ ਮੋਟਰਸਾਈਕਲ ਸਵਾਰਾਂ ਵੱਲੋਂ ਕਿਸਾਨ ਨੂੰ ਲਾਲਚ ਵੀ ਦਿੱਤਾ ਗਿਆ। ਵਾਕਿਆ ਜੀ, ਸਮਝੌਤਾ ਐਕਸਪ੍ਰੈਸ ਤੋਂ ਵਾਪਸੀ ਜਾ ਰਹੇ ਸੀ ਐਂਡ ਵਾਲੇ ਡੱਬੇ ਤੋਂ, ਮੌਕੇ 'ਤੇ ਹੀ ਉਹਨਾਂ ਲੱਤ ਮਾਰ ਕੇ ਸੁੱਟੀ ਆ। ਮੈਂ ਮੌਕੇ 'ਤੇ ਮਾਲ ਇੱਥੇ ਵਾਲਿਆ ਸੀ ਮਗਲੇ ਬੰਨੇ ਛਪੜੀ ਦੇ, ਉਹ ਡੰਗਰ ਇੱਕ ਹੁੰਦਾ ਵੀਰ, ਹਾਂਜੀ ਡੰਗਰ ਵਾੜੇ ਸੀ, ਜੋ ਜਹੇਦਾਰ ਮੋਟਰਸਾਈਕਲ 'ਤੇ ਆਏ ਸੀ ਬਾਅਦ 'ਚ, ਉਹ ਚੁੱਕਣ ਦੇ ਚੁੱਕਦੇ ਸੀ ਸਮਾਨ ਕਾਲਾ ਬੈਗ ਇੱਥੇ, ਮੈਂ ਚੁੱਕਣ ਨਹੀਂ ਦਿੱਤਾ ਮਹਾਰਾਜ ਜੀ ਉਹਨਾਂ ਨੂੰ। ਅਤੇ ਫਿਰ ਭਾਅ ਜੀ ਇੱਧਰੋਂ ਮੋਟਰਸਾਈਕਲ 'ਤੇ ਆਏ ਭਲਵਾਨ ਜੀ, ਭਲਵਾਨ ਜੀ ਕੌਣ? ਜਨਾਬ ਹੋਣੀ, ਹਾਂਜੀ ਥਾਣੇਦਾਰ, ਥਾਣੇਦਾਰ ਸਾਹਿਬ। ਫਿਰ ਉਹਨਾਂ ਨੂੰ ਉਹਨਾਂ ਦਾ ਮੋਟਰਸਾਈਕਲ ਖਿਲਾਰ ਕੇ ਉਹਨਾਂ ਨੂੰ ਮੌਕੇ 'ਤੇ ਵਿਖਾਇਆ ਬੈਗ। ਫਿਰ ਉਹਨਾਂ ਫੋਨ ਕੀਤਾ ਆਪਣੇ ਮਹਿਕਮੇ ਨੂੰ, ਜੀ ਆਰ ਪੀ ਵਾਲਿਆਂ ਨੂੰ, ਉਹ ਉਹਨਾਂ ਦੀ ਗੱਡੀ ਆਈ ਉਹਨਾਂ ਮੌਕੇ 'ਤੇ ਹੀ ਆਣ ਕੇ। ਫਿਰ ਉਹਨਾਂ ਨੇ ਕਿਹਾ ਵੀ ਖੋਲੋ ਭਲਾ ਵੇਖੀਏ ਇਹਦੇ 'ਚ ਕੀ ਆ, 3 ਬੈਗ ਪੈਕਟ ਬਰਾਮਦ ਹੋਏ ਜੀ। ਦੱਸਿਆ ਜਾਂਦਾ ਕਿ ਜੀ ਆਰ ਪੀ ਨੂੰ ਸੂਚਨਾ ਮਿਲਣ 'ਤੇ ਚੌਂਕੀ ਅਟਾਰੀ ਦੇ ਇੰਚਾਰਜ ਆਪਣੀ ਕਾਰ ਰਾਹੀਂ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬੈਗ ਚੁੱਕ ਕੇ ਅੰਮ੍ਰਿਤਸਰ ਰੇਲਵੇ ਪੁਲਿਸ ਥਾਣੇ ਪਹੁੰਚਾ ਦਿੱਤਾ ਗਿਆ। ਪੁਲਿਸ ਨੂੰ ਇਸ ਬੈਗ ਵਿੱਚੋਂ 3 ਕਿਲੋ 45 ਗ੍ਰਾਮ ਹੈਰੋਇਨ ਅਤੇ ਹੋਰ ਪੈਕਟ ਦੇ ਵਿੱਚੋਂ 2 ਪਾਕਿਸਤਾਨੀ ਮੋਬਾਈਲ ਸਿਮ ਮਿਲੇ ਨੇ। ਉੱਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਮੇਰਾ ਨਾਮ ਬਲਵਿੰਦਰ ਸਿੰਘ ਏ ਐੱਸ ਆਈ ਬਲਵਿੰਦਰ ਸਿੰਘ ਹੈ ਜੀ, ਅਤੇ ਮੈਂ ਰੋਡਾਂ ਵਾਲੀ ਗਾਰ ਪੁਲ 'ਤੇ ਹਾਂ ਜੀ, ਅਤੇ ਪੁਲ 'ਤੇ ਜਦੋਂ ਮੁੰਡੇ ਨੇ ਆਵਾਜ਼ ਮਾਰੀ ਹੈ ਅਤੇ ਮੈਂ ਉੱਧਰੋਂ ਮੋਟਰਸਾਈਕਲ ਸਟਾਰਟ ਕੀਤਾ ਅਤੇ ਉੱਧਰੋਂ ਜੀ ਆਰ ਪੀ ਵਾਲੀ ਗੱਡੀ ਵੀ ਮਗਰੇ ਆ ਗਈ ਇਹਨਾਂ ਦੀ, ਅਤੇ ਮੌਕੇ 'ਤੇ ਅਸੀਂ ਆਏ ਹਾਂ ਅਤੇ ਮੇਰੇ ਆਉਂਦਿਆਂ ਨੂੰ ਉਹ ਜਿਹੜੇ ਜਹੇਦਾਰ ਉਹ ਉੱਥੋਂ ਚਲੇ ਗਏ ਸੀ ਅਤੇ ਭੱਜ ਮੋਟਰਸਾਈਕਲ ਲੈ ਕੇ ਚਲੇ ਗਏ ਸੀ, ਅਤੇ ਬੈਗ ਇੱਥੇ ਪਿਆ ਸੀ, ਮੈਂ ਵੀ ਆ ਗਿਆ ਅਤੇ ਜੀ ਆਰ ਪੀ ਵਾਲਿਆਂ ਆ ਗਿਆ, ਜੀ ਆਰ ਪੀ ਵਾਲਿਆਂ ਨੇ ਆਣ ਕੇ ਉਹ ਜਿਹੜਾ ਡਰਾਈਵਰ ਸੀ ਅਤੇ ਨਾਲ ਮੁੰਡਾ ਉਹਦੇ ਨਾਲ ਹੀ, ਉਹਨਾਂ ਨੇ ਆਣ ਕੇ ਬੈਗ ਖੋਲਿਆ, ਮੈਂ ਵੀ ਇੱਥੇ ਮੌਕੇ 'ਤੇ ਹਾਂ, ਅਤੇ ਉਹ ਉਹਨੇ ਚਿਰ ਨੂੰ ਇੰਚਾਰਜ ਆ ਗਿਆ ਅਤੇ ਬੈਗ ਲੈ ਕੇ ਚਲ ਗਿਆ। ਜਦੋਂ ਸਮਝੌਤਾ ਐਕਸਪ੍ਰੈਸ ਗਈ ਹੈ ਜੀ ਪਾਕਿਸਤਾਨ ਨੂੰ, ਉਹ ਵਾਪਸੀ 'ਤੇ ਜੀ ਸਵਾਰੀਆਂ ਲੈ ਕੇ ਗਈ, ਹਾਂਜੀ ਉਦੋਂ ਸਵਾਰੀਆਂ ਲੱਗ ਗਈ। ਇਹ ਜਦੋਂ ਸਮਝੌਤਾ ਐਕਸਪ੍ਰੈਸ ਵਾਪਸ ਲੈ ਗਈ ਉਹਦਾ ਮੁਲਾਜ਼ਮਾਂ ਨੇ ਇਹ ਕੰਮ ਕੀਤਾ ਜੀ? ਪਤਾ ਨਹੀਂ ਹੁਣ ਜੀ, ਅਸੀਂ ਤਾਂ ਮੌਕੇ 'ਤੇ, ਅਸੀਂ ਤਾਂ ਮੈਂ ਤਾਂ ਉੱਥੇ ਰੋੜਾਂ ਵਾਲੀ ਗਾਰ ਦਿੱਤੇ ਹਾਂ ਅਤੇ ਇਹ ਮੁੰਡੇ ਨੇ ਵੇਖਿਆ ਜੀ ਜੋ ਕੁਝ ਵੀ ਹੈਗਾ। ਨਹੀਂ, ਕਿਉਂਕਿ ਜਦੋਂ ਸਮਝੌਤਾ ਐਕਸਪ੍ਰੈਸ ਗਈ ਹੈ ਉਦੋਂ ਵਾਪਸ ਉਹ ਤਾਂ ਖਾਲੀ ਜਾਂਦੀ ਹੈ? ਨਹੀਂ ਖਾਲੀ ਨਹੀਂ ਜਾਂਦੀ ਜੀ, ਇਦੋਂ ਸਵਾਰੀ ਜਾਂਦੀ ਆ, ਸਵਾਰੀ ਜਾਂਦੀ ਆ, ਅਸੀਂ ਉਸ ਟਾਈਮ 'ਤੇ ਉੱਥੇ ਰੋੜਾਂ ਵਾਲੇ ਪੁਲ 'ਤੇ ਹਾਂ ਮੈਂ ਜੀ। ਠੀਕ ਹੈ, ਹਾਂਜੀ ਹਾਂਜੀ। ਅਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ? ਕਾਰਵਾਈ ਜੀ, ਇਹ ਉਹ ਇੰਚਾਰਜ ਆਇਆ ਇੱਥੋਂ ਚੌਂਕੀ ਇੰਚਾਰਜ ਜੀ ਆਰ ਪੀ ਦਾ, ਉਹ ਆਣ ਕੇ ਬੈਗ ਲੈ ਕੇ ਚਲ ਗਿਆ। ਅਤੇ ਬੈਗ 'ਚ ਕੀ ਇਹ ਕਿੰਨੇ ਪੈਕਟ ਸੀ? ਬੈਗ 'ਚ ਆਉਂਦੇ 3 ਪੈਕਟ। ਨਸ਼ਾ ਤਸਕਰੀ ਲਈ ਨਵੇਂ ਹਟਕੰਡੇ ਅਪਣਾਏ ਜਾ ਰਹੇ ਨੇ, ਜੇ ਲੋੜ ਹੈ ਪੁਲਿਸ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਤਾਂ ਜੋ ਬਾਰਡਰ ਪਾਰ ਤੋਂ ਸਾਡੇ ਨੌਜਵਾਨਾਂ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।